ਹੈਲੋ ਗਾਈਜ਼, ਅੱਜ ਅਸੀਂ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਸੇਮੀਆਂ ਵੱਟਣ ਦਾ ਟ੍ਰੈਡੀਸ਼ਨਲ ਤਰੀਕਾ। ਜਦੋਂ ਘੋੜੀਆਂ ਨਹੀਂ ਸੀ ਹੁੰਦੀਆਂ ਜਾਂ ਜਿੰਦੀ ਵੀ ਕਹਿੰਦੇ ਨੇ ਕਈ ਜਗ੍ਹਾ, ਅਤੇ ਉਦੋਂ ਕਿਵੇਂ ਸੇਮੀਆਂ ਵੱਟਦੇ ਸੀ ਪੁਰਾਣੇ ਲੋਕ, ਅਤੇ ਉਹ ਵੱਟਦੇ ਸੀ ਘੜੇ ਦੇ ਉੱਤੇ। ਅਤੇ ਉਹਦਾ ਪ੍ਰੋਸੈਸ ਕੀ ਆ ਅਸੀਂ ਤੁਹਾਨੂੰ ਦੱਸ ਰਹੇ ਹਾਂ ਅੱਜ। ਪਹਿਲਾਂ ਆਟੇ ਨੂੰ ਚੁੰਨੀ ਦੇ ਨਾਲ ਨਾ ਛਾਣ ਕੇ ਉਹਦਾ ਮੈਦਾ ਕੱਢ ਲਿਆ ਜਾਂਦਾ ਸੀ, ਅਤੇ ਮੈਦਾ ਕੱਢ ਕੇ ਫਿਰ ਉਹਨੂੰ ਮਤਲਬ ਗੁੰਨ ਕੇ ਉਹਦਾ ਡੋ ਬਣਾ ਕੇ ਫਿਰ ਉਹਨੂੰ ਘੜੇ ਦੇ ਉੱਤੇ ਹੱਥ ਨਾਲ ਵੱਟੀਆਂ ਜਾਂਦੀਆਂ ਸੀ, ਹੱਥ ਘੁਮਾ ਘੁਮਾ ਕੇ ਸੇਵੀਆਂ। ਇਹ ਸਾਡੇ ਹਜੇ ਵੀ ਰਿਵਾਜ਼ ਹੈਗਾ ਆ, ਅਤੇ ਓਨਲੀ ਮੱਥਾ ਟੇਕਣ ਦਾ। ਵੈਸੇ ਤਾਂ ਇਹੋ ਜਿਹੀਆਂ ਸੇਵੀਆਂ ਥੋੜ੍ਹੀ ਜਿਹੀ ਮੋਟੀਆਂ ਹੁੰਦੀਆਂ, ਅੱਜ ਕੱਲ੍ਹ ਕੋਈ ਖਾਂਦਾ ਨਹੀਂ, ਅਤੇ ਸਾਡੇ ਟੇਕਦੇ ਨੇ ਗੁੱਗੇ ਨੌਮੀ ਦਾ ਮੱਥਾ ਘੜੇ 'ਤੇ ਸੇਵੀਆਂ ਵੱਟ ਕੇ, ਅਤੇ ਉਹ ਤੁਹਾਨੂੰ ਮੈਂ ਅੱਜ ਦਿਖਾ ਰਹੀ ਹਾਂ। ਵੱਟਾਂਗੇ ਤਾਂ ਆਪਾਂ ਥੋੜ੍ਹੀਆਂ ਜਿਹੀਆਂ ਹੀ, ਜਿੰਨਾ ਬਸ ਮੱਥਾ ਟੇਕਣ ਜੋਗੀਆਂ ਹੀ, ਬਹੁਤ ਜ਼ਿਆਦਾ ਨਹੀਂ ਵੱਟਦੇ ਹੈਗੇ। ਪੁਰਾਣੇ ਲੋਕ ਵੈਸੇ ਘਰ ਜਿੰਨੀਆਂ ਰੱਖਦੇ ਸੀ ਸੇਵੀਆਂ ਸਾਰੀਆਂ ਹੱਥ ਨਾਲ ਹੀ ਵੱਟ ਕੇ ਰੱਖਦੇ ਸੀ। ਜਦੋਂ ਆਪਾਂ ਸ਼ੁਰੂ ਕਰਦੇ ਹਾਂ, ਸਟਾਰਟ ਕਰਦੇ ਹਾਂ, ਉਦੋਂ ਥੋੜ੍ਹੀ ਜਿਹੀ ਸੇਵੀ ਮੋਟੀ ਵੀ ਹੋ ਜਾਂਦੀ ਹੈ। ਜਦੋਂ ਆਪਾਂ ਮਤਲਬ ਲਗਾਤਾਰ ਨਾ ਆਪਾਂ ਫਿਰ ਬਣਾਈਏ, ਫਿਰ ਤਾਂ ਵੈਸੇ ਪਤਲੀ ਵੀ ਹੋ ਜਾਂਦੀ, ਹੱਥ ਟਿਕ ਜਾਂਦਾ ਫਿਰ ਅੱਛੀ ਤਰ੍ਹਾਂ ਘੜੇ ਦੇ ਉੱਤੇ, ਅਤੇ ਫਿਰ ਬਹੁਤ ਸੋਹਣੀ ਪਤਲੀ ਪਤਲੀ ਵੀ ਸੇਵੀ ਬਣ ਜਾਂਦੀ ਆ। ਅਤੇ ਪਰ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਮੁੱਲ ਦੀ ਚੀਜ਼ ਹਰ ਕੋਈ ਜ਼ਿਆਦਾ ਪਸੰਦ ਕਰਦਾ ਆ, ਅਤੇ ਵੈਸੇ ਵੀ ਇੰਨੀ ਮਿਹਨਤ ਕਰਨੀ ਵੀ ਔਖੀ ਆ, ਅਤੇ ਅੱਜ ਕੱਲ੍ਹ ਮਿਹਨਤ ਕਰਦਾ ਵੀ ਕੌਣ ਆ, ਚਾਹੇ ਅਸੀਂ ਵੀ ਹਾਂ। ਅਤੇ ਆਈ ਹੋਪ ਤੋਂ ਅਸੀਂ ਵੀਡੀਓ ਤੁਹਾਨੂੰ ਪਸੰਦ ਆਊਗੀ, ਅਤੇ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਕਰਿਓ, ਅਤੇ ਆਪਣੇ ਫਰੈਂਡਸ ਨਾਲ ਸ਼ੇਅਰ ਕਰਕੇ ਜ਼ਰੂਰ ਦੱਸਿਓ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਇਹ ਚੀਜ਼। ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ, ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਅਤੇ ਆਪਣੇ ਰਾਏ ਜ਼ਰੂਰ ਪਲੀਜ਼ ਕਮੈਂਟ ਬਾਕਸ ਵਿੱਚ ਦਿਆ ਕਰੋ, ਤੁਹਾਨੂੰ ਕੀ ਇਸ ਵੀਡੀਓ ਵਿੱਚ ਵਧੀਆ ਲੱਗਿਆ ਜਾਂ ਕੀ ਨਹੀਂ, ਹੈ ਨਾ। ਤੋ ਲੈਟਸ ਇੰਜੋਏ ਦਾ ਵੀਡੀਓ।